ਹੈਲੋ एवरीवन ਤੇ ਸਸ਼੍ਰੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਣੀ ਤਿਆਰੀ ਚੰਗੀ ਤਰ੍ਹਾਂ ਕਰ ਰਹੇ ਹੋਵੋਗੇ ਅੱਜ ਆਪਾਂ ਜਿਹੜੀ ਆਪਣੀ ਪੰਜਾਬ ਦੀ ਸੀਰੀਜ਼ ਹੈ ਉਹਦਾ ਪਾਰਟ 16ਵਾਂ ਲੈ ਕੇ ਆ ਰਹੇ ਹਾਂ ਆਪਾਂ ਇਹਨੂੰ ਡੀਪਲੀ ਡਿਸਕਸ ਕਰਾਂਗੇ ਤੇ ਸੈਸ਼ਨ ਬਹੁਤ ਹੀ ਪ੍ਰੋਡਕਟਿਵ ਰਹਿਣ ਵਾਲਾ ਆਏਗਾ ਤਾਂ ਤੁਸੀਂ ਟਰਾਈ ਕਰੋ ਕਿ ਆਪਣੀ ਕਨਸੈਂਟਰੇਸ਼ਨ ਜਿਹੜੀ ਹੈ ਉਹ ਹਾਈ ਰੱਖਿਓ ਥਰੋਅਆਊਟ ਦਾ ਲੈਕਚਰ ਤੇ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਆਹ ਵੀਡੀਓ ਤੁਹਾਨੂੰ ਆਉਣ ਵਾਲੇ ਪੰਜਾਬ ਦੇ ਜਿਹੜੇ ਵੀ 2021 ਦੇ ਜਿੰਨੇ ਵੀ ਐਗਜ਼ਾਮ ਹੋਣਗੇ ਉਹਨਾਂ ਵਿੱਚ ਡੈਫੀਨਿਟਲੀ ਹੈਲਪ ਕਰੇਗਾ ਹੀ ਕਰੇਗਾ ਕਿਉਂਕਿ ਜੀਕੇ ਨਾਲ ਇੱਕ ਬਹੁਤ ਵਾਸਟ ਟੋਪਿਕ ਹੈਗਾ ਆਪਾਂ ਇਹਨੂੰ ਐ ਨਹੀਂ ਹੈਗਾ ਵੀ ਥੋੜਾ ਜਿਆਦਾ ਪੜ੍ਹ ਕੇ ਵੀ ਜਿਆਦਾ ਸਕੋਰ ਕਰ ਸਕਦੇ ਆ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਇਹਦੇ ਵੀ ਜਿਹੜੀ ਕਵਰ ਕਰਨੀ ਪੈਂਦੀਆਂ ਨੇ ਤੇ ਇਹ ਤੋਂ ਇਲਾਵਾ ਵੀ ਮੈਂ ਬਹੁਤ ਸਾਰੇ ਜਿਹੜੇ ਸਾਈਡ ਬਾਈ ਸਾਈਡ ਸਬਜੈਕਟ ਤਿਆਰ ਕੀਤੇ ਹੋਏ ਨੇ ਬਟ ਡਿਊ ਟੂ ਥੋੜਾ ਜਿਹਾ ਰਿਸਪੌਂਸ ਤੁਹਾਡਾ ਘੱਟ ਮਿਲਦਾ ਹੈਗਾ ਤਾਂ ਉਹ ਚੱਕਰ 'ਚ ਮੈਂ ਹਲੇ ਅਪਲੋਡ ਨਹੀਂ ਕੀਤੀਆਂ ਬਿਕੋਜ਼ ਮੈਂ ਸਾਇੰਸ ਜਿਹੜਾ ਹੈਗਾ ਨਾ ਉਹ ਤਾਂ ਪੰਜਾਬ ਦੇ ਐਗਜ਼ਾਮ ਦੇ ਵਿੱਚ ਨੇ ਡੈਫੀਨਿਟਲੀ ਮਿਲੂਗਾ ਤੇ ਇੱਕ ਡਿਸੀਜ਼ ਕਰਕੇ ਮੈਂ ਪਾਟ ਬਣਾਇਆ ਸੀਗਾ ਉਤੇ ਵੀ ਤੁਹਾਡਾ ਰਿਸਪਾਂਸ ਘੱਟ ਸੀਗਾ ਜੇਕਰ ਤੁਸੀਂ ਨਹੀਂ ਦੇਖਿਆ ਉਹ ਇੱਧਰ ਆਈ ਬਟਨ ਆਊਗਾ ਜਾ ਕੇ ਦੇਖ ਲੈਣਾ ਕਿਉਂਕਿ ਡਿਸੀਜ਼ ਜਿਹੜਾ ਹੈਗਾ ਨਾ ਯਾਨੀ ਕਿ ਮਨੁੱਖੀ ਬਿਮਾਰੀਆਂ ਵਿੱਚ ਉਹ ਤਾਂ ਪੰਜਾਬ ਦੇ ਜਾਂ ਪੀਪੀਐਸ ਦੇ ਜਿੰਨੇ ਵੀ ਐਗਜ਼ਾਮ ਹੁੰਦੇ ਨੇ ਉਹਨਾਂ ਵਿੱਚ ਡੈਫੀਨੇਟਲੀ ਕੀ ਆ ਦੋ ਕੁਐਸਚਨ ਬਣਦਾ ਹੀ ਬਣਦਾ ਹੈਗਾ ਤਾਂ ਉਹ ਸੀਰੀਜ਼ ਜਾ ਕੇ ਜ਼ਰੂਰ ਦੇਖਿਓ ਉਹ ਤੋਂ ਬਾਅਦ ਵੀ ਮੈਂ ਨੈਕਸਟ ਅਪਲੋਡ ਕਰਾਂਗਾ ਅੱਜ ਦਾ ਜਿਹੜਾ ਪਹਿਲਾ ਕੁਐਸਚਨ ਹੈ ਉਹ ਹੈਗਾ ਦਾ ਸਕਸੈਸ ਆਫ थियोसोफिकल ਸੁਸਾਇਟੀ ਇਨ ਇੰਡੀਆ ਵਾਸ ਮੇਨਲੀ ਡੂ ਇਨਕੀ ਭਾਰਤ ਵਿੱਚ ਇੱਕ ਥੀਓਸੋਫੀਕਲ ਸੁਸਾਇਟੀ ਚਲਾਈ ਗਈ ਸੀਗੀ ਤਾਂ ਇੰਡੀਆ ਵਿੱਚੋਂ ਕਾਮਯਾਬ ਰਹੀ ਸੀ ਤਾਂ ਉਹ ਕਿਸ ਕਰਕੇ ਰਹੀ ਸੀ ਕਿਉਂਕਿ ਜਿਹੜੀ origianally ਥੀਓਸੋਫੀਕਲ ਸੁਸਾਇਟੀ ਹੈ ਉਹ ਜਿਹੜੇ ਇੰਡੀਆ ਚ ਚਲਾਈ ਸੀ ਉਹਨਾਂ ਨੇ ਨਹੀਂ ਸੀਗੀ ਕਹਿਣ ਦਾ ਮਤਲਬ ਆਏਗਾ ਕਿ ਜਿਹੜੇ ਫਾਊਂਡਰ ਸੀਗੀ ਥੀਓਸੋਫੀਕਲ ਸੁਸਾਇਟੀ ਦੇ ਉਹ ਮੈਡਮ ਐਚਪੀ ਬਲਾਵਸਕੀ ਸੀ ਤੇ ਬਾਅਦ ਵਿੱਚ ਕੀ ਹੋਇਆ ਸੀਗਾ 79 ਦੇ ਵਿੱਚ ਉਹ ਇੰਡੀਆ ਆਏ ਸੀਗੇ ਤੇ ਐਨੀਬਸੈਂਟ ਨੇ ਇੰਡੀਆ ਦੇ ਵਿੱਚ ਜਿਹੜਾ थियोसोफिकल सोसाइटी ਦਾ ਜਿਹੜਾ ਮਤਲਬ ਕਿ ਸਕਸੈਸ ਸੀਗੀ ਜਿਹੜੀ ਉਹ ਐਨੀ ਬਸੈਂਟ ਕਰਕੇ ਹੀ ਹੋਈ ਸੀਗੀ ਕਿਉਂਕਿ ਉਹਨਾਂ ਨੇ ਐਕਟਿਵ ਰੋਲ ਦਿਖਾਇਆ ਸੀਗਾ ਤੇ ਉਹ ਵੀ ਮੰਨਦੇ ਸੀਗੇ ਕਿ ਜਿਹੜਾ ਹਿੰਦੂਇਜ਼ਮ ਹੈਗਾ ਉਹ ਵਰਲਡ ਦਾ ਹਾਈਲੀ ਸਪੀਰੀਚੁਅਲ ਰਿਲੀਜੀਅਨ ਹੈਗਾ ਤਾਂ ਉਹਨਾਂ ਕਰਕੇ ਹੀ ਜਿਹੜਾ ਹੈ ਇੰਡੀਆ ਵਿੱਚ ਚੜ੍ਹਦੀ ਗਲਾ ਹੋਈ ਸੀਗੀ थियोसोफिकल सोसाइटी ਦੀ ਲੇਕਿਨ ਜੇਕਰ ਮੇਨ ਫਾਊਂਡਰ ਪੁੱਛਿਆ ਜਾਵੇ थियोसोफिकल सोसाइटी ਦਾ ਜੇਕਰ ਮੈਂ ਇੱਥੇ ਇੰਡੀਆ ਕੱਟਦਾ ਫਿਰ ਆਪਾਂ ਨੇ ਜਿਹੜਾ ਨਾਮ ਹੈਗਾ ਇੱਥੇ ਮੈਡਮ ਐਚ ਪੀ ਬਲਾਵਸਕੀ ਆਹੀ ਨਾਮ ਲਾਣਾ ਹੈ ਉਸ ਤੋਂ ਬਾਅਦ ਹੈ ਸ਼ੋਰਟੇਜ ਆਫ ਵਿਚ ਐਲੀਮੈਂਟ ਕ Causes ਗੋਇਟਰ ਡਿਸੀਜ਼ ਵੀ ਕਿਹੜੇ ਐਲੀਮੈਂਟ ਦੀ ਕਮੀ ਦੇ ਨਾਲ ਗੋਇਟਰ ਡਿਸੀਜ਼ ਹੁੰਦਾ ਹੈ ਹਿੰਦੀ ਚ ਤਾਂ ਇਹਨੂੰ ਗਿੰਗਾ ਕਹਿੰਦੇ ਨੇ ਐਦਾਂ ਦਾ ਹੁੰਦਾ ਹੈਗਾ ਬੇਸਿਕਲੀ ਹੁੰਦਾ ਕੀ ਹੈ ਕਿ ਜਿਹੜਾ ਗਰਦਨ ਦਾ ਕੁਝ ਪਾਰਟ ਹੈ ਥੋੜਾ ਥਿੱਕ ਹੋ ਜਾਂਦਾ ਹੈਗਾ ਤੇ ਕਾਫੀ ਜ਼ਿਆਦਾ ਦੇਖਣ ਦੇ ਵਿੱਚ ਨਾ ਬਹੁਤ ਹੀ ਵੱਡਾ ਲੱਗਦਾ ਤਾਂ ਬੇਸਿਕਲੀ ਆ ਹੁੰਦਾ ਹੈਗਾ ਆਇਓਡੀਨ ਦੀ ਕਮੀ ਕਰਕੇ ਤੇ ਇੱਕ ਡਿਸੀਜ਼ ਨਾ ਆਇਰਨ ਦੀ ਕਮੀ ਕਰਕੇ ਹੁੰਦਾ ਹੈਗਾ ਕਿ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿ ਜਿਵੇਂ ਆਇਓਡਿਨ ਦੀ ਕਮੀ ਨਾਲ ਤਾਂ ਗੋਇਟਰ ਡਿਸੀਜ਼ ਹੁੰਦਾ ਹੈਗਾ ਤੇ ਆਇਰਨ ਦੀ ਕਮੀ ਦੇ ਨਾਲ ਕਿਹੜਾ ਡਿਸੀਜ਼ ਹੁੰਦਾ ਹੈਗਾ ਚਲੋ ਦੇਖਦੇ ਹਾਂ ਵੀ ਕਿਸ ਕਿਸ ਬੱਚੇ ਨੂੰ ਨੋਲੇਜ ਹੈ ਤੇ ਜੇਕਰ ਤੁਹਾਨੂੰ ਨੋਲੇਜ ਹੈ ਇਸ ਬਾਰੇ ਪਤਾ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਕੇ ਦੱਸਿਓ ਤਾਂ ਆਪਣਾ ਇਸ ਕੁਐਸਚਨ ਦਾ ਆਨਸਰ ਹੋ ਜਾਊਗਾ অপਸ਼ਨ ਨੰਬਰ ਸੀ ਆਇਓਡਿਨ ਉਸ ਤੋਂ ਬਾਅਦ ਹੈਗਾ ਹੂ ਇਜ਼ ਅਪੋਇੰਟਡ ਬਾਏ ਯੂਨੀਸੇਫ ਫੋਰ ਚਿਲਡਰਨਸ ਰਾਈਟ ਕੈਂਪੇਨ ਇਨਕੇ ਜਿਹੜੇ ਬੱਚਿਆਂ ਦੇ ਅਧਿਕਾਰਾਂ ਲਈ ਮੁਹਿੰਮ ਚਲਾਈ ਹੈ ਯੂਨੀਸੈਫ ਨੇ ਤਾਂ ਉਹਦੇ ਬ੍ਰੈਂਡ ਐਮੈਸਡਰ ਕੌਣ ਬਣਾਏ ਗਏ ਨੇ ਤਾਂ ਆਹ ਜਿਹੜਾ ਜਿੰਮਾ ਮਿਲਿਆ ਆ ਮਿਲੇਗਾ ਆਯੁਸ਼ਮਨ ਖੁਰਾਨਾ ਅਨਸਰ ਆਏਗਾ ਜੀ অপਸ਼ਨ ਨੰਬਰ ਬੀ ਆ ਕਰੰਟ ਅਫੇਅਰ ਦਾ ਕੁਐਸਚਨ ਹੈ ਤੇ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ View ਨਾਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਵੀ ਰੈੱਡ ਬਟਨ ਤੇ ਹਿੱਟ ਕਰਕੇ ਸਬਸਕ੍ਰਾਈਬ ਕੀਤੇਗਾ ਤੇ ਨਾਲੇ ਬੈਲ ਆਈਕਨ ਵੀ ਪ੍ਰੈਸ ਕਰਿਓ ਤਾਂਕਿ ਤੁਹਾਨੂੰ ਆਉਣ ਵਾਲੀ ਨੋਟੀਫਿਕੇਸ਼ਨ ਕਿਉਂਕਿ ਕਈ ਸਟੂਡੈਂਟ ਕਹਿੰਦੇ ਨੇ ਵੀ ਨੋਟੀਫਿਕੇਸ਼ਨ ਦਾ ਪਤਾ ਨਹੀਂ ਲੱਗਦਾ ਆਏਗਾ ਤੁਹ ਜੇਕਰ ਤੁਸੀਂ ਬੈਲ ਆਈਕਨ ਨਹੀਂ ਦਬਾਉਂਗੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਆਉਣ ਦੇ ਚਾਂਸਸ ਘੱਟ ਰਹਿੰਦੇ ਨੇ ਤੇ ਇਹਦੀ ਪੀਡੀਐਫ ਤੁਹਾਨੂੰ ਮਿਲ ਜਾਏਗੀ ਟੈਲੀਗ੍ਰਾਮ ਦੇ ਉੱਤੇ ਤੇ ਕੱਲ ਜਿੰਨੇ ਵੀ ਆਪਣੇ ਪਾਰਟ ਪੈਂਡਿੰਗ ਸੀਗੇ ਮੈਂ ਸਾਰਿਆਂ ਦੀ ਪੀਡੀਐਫ ਪਾ ਚੁੱਕਿਆ ਹਾਂ ਟੈਲੀਗ੍ਰਾਮ ਤੇ ਜੇਕਰ ਤੁਹਾਨੂੰ ਨਹੀਂ ਮਿਲੀ ਤਾਂ ਟੈਲੀਗ੍ਰਾਮ ਜੁਆਇਨ ਕਰੋ ਦੂਜੀ ਗੱਲ ਜੇਕਰ ਤੁਹਾਡੀ ਕੋਈ ਕੁਐਰੀ ਹੈ ਜੇਕਰ ਤੁਸੀਂ YouTube ਤੇ ਨਹੀਂ ਪੁੱਛ ਪਾ ਰਹੇ ਹੋ ਸਟਿਲ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ Instagram ਤੇ ਫੋਲੋ ਕਰ ਸਕਦੇ ਹੋ ਉੱਥੇ ਕੁਐਰੀ ਲੈਣਾ ਮੈਂ ਤੇ Facebook ਤੇ ਵੀ ਇਹਨਾਂ ਤਿੰਨਾਂ ਦੇ ਡਿਸਕ੍ਰਿਪਸ਼ਨ ਸੌਰੀ ਇਹਨਾਂ ਤਿੰਨਾਂ ਦੇ ਜਿਹੜੇ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਤੁਸੀਂ ਜਾ ਕੇ ਉੱਥੇ ਫਟਾਫਟ ਫੋਲੋ ਕਰੋ ਉਸ ਤੋਂ ਬਾਅਦ ਹੈਗਾ what is the consequences of failure of government in rajya sabha ਮੰਨ ਲਓ ਕੋਈ ਸਰਕਾਰ ਡਿੱਗ ਪੈਂਦੀ ਹੈ ਡਿੱਗ ਪੈਣ ਦਾ ਮਤਲਬ ਕੀ ਹੈ ਕਿ ਉਹ ਸੱਤਾ ਖੋ ਦਿੰਦੀ ਹੈ ਯਾਨੀ ਕਿ ਇੱਕ ਤਰ੍ਹਾਂ ਦੀ ਮੈਜੋਰਿਟੀ ਖੋ ਦਿੰਦੀ ਹੈ ਤਾਂ ਉਸ ਚੀਜ਼ ਦਾ ਰਾਜ ਸਭਾ ਉੱਤੇ ਕੀ ਫਰਕ ਪੈਂਦਾ ਆਏਗਾ ਇਸ ਕੁਸਚਨ ਦਾ ਅਨਸਰ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਚ ਸਮਝਾਉਣਾ ਕਿ ਕੋਈ ਵੀ ਜਦੋਂ ਸਰਕਾਰ ਬਣਦੀ ਹੈ ਉਹ ਲੋਕ ਸਭਾ ਦੇ ਲਈ ਬਣਦੀ ਹੈ ਯਾਨੀ ਕਿ ਲੋਕ ਸਭਾ ਦੇ ਵਿੱਚ ਸਰਕਾਰ ਬਣਦੀ ਹੈ ਜਿਦਾ ਤੁਸੀਂ 2019 ਦਾ ਕੈਂਪੇਨ ਦੇਖਿਆ ਹੋਣਾ ਭਾਜਪਾ ਲਈ ਨਰਿੰਦਰ ਮੋਦੀ ਦਾ ਚਿਹਰਾ ਸੀਗਾ ਤੇ ਕਾਂਗਰਸ ਲਈ ਰਾਹੁਲ ਗਾਂਧੀ ਦਾ ਤੇ ਤੁਸੀਂ ਜਿਹੜੀ ਵੋਟ ਵੀ ਪਾਈ ਸੀਗੀ ਉਹ ਪਾਈ ਸੀਗੀ ਲੋਕ ਸਭਾ ਦੇ ਐਮਪੀ ਬਣਾਉਣ ਲਈ ਰਾਜ ਸਭਾ ਲਈ ਨਹੀਂ ਜੋ ਕਿ ਰਾਜ ਸਭਾ ਲਈ ਜਿਹੜੇ ਡਾਇਰੈਕਟ ਇਲੈਕਸ਼ਨ ਨਹੀਂ ਹੁੰਦੇ ਹੈਗੇ ਇਨਡਾਇਰੈਕਟ ਇਲੈਕਸ਼ਨ ਹੁੰਦੇ ਹੈ ਤੇ ਸਰਕਾਰ ਬਣਦੀ ਹੈ ਤੇ ਕੰਮ ਕਰਦੀ ਹੈ ਲੋਕ ਸਭਾ ਦੇ ਵਿੱਚ ਤੇ ਜਿਹੜਾ ਰਾਜ ਸਭਾ ਹੈ ਉਹ ਇੱਕ ਕਿਹੜਾ ਹੈਗਾ ਜੀ ਪਰਮਾਨੈਂਟ ਹਾਊਸ ਹੈ। ਯਾਨੀ ਕਿ ਉਹ ਕਦੇ ਵੀ ਡਿਜ਼ੋਲਵ ਨਹੀਂ ਹੋ ਸਕਦਾ ਹੈਗਾ। ਥੈਟ ਮੀਨਸ ਕੀ ਹੈ? ਇਹ ਆਪਾਂ ਆਪਸ਼ਨ ਦੇ ਵੀ ਚੱਲੀਏ ਪ੍ਰਾਈਮ ਮਿਨਿਸਟਰ ਗੀਵਜ਼ ਰੈਜ਼ੀਗਨੇਸ਼ਨ। ਦੇਖੋ ਪ੍ਰਾਈਮ ਮਿਨਿਸਟਰ ਨੂੰ ਤਾਂ ਰੈਜ਼ੀਗਨੇਸ਼ਨ ਦੇਣਾ ਹੀ ਪੈਊਗਾ। ਇਹਦਾ ਰਾਜ ਸਭਾ ਨਾਲ ਲੈਣਾ ਕੋਈ ਦੇਣਾ ਲੈਣਾ ਨਹੀਂ ਹੈਗਾ। ਉਸ ਤੋਂ ਬਾਅਦ ਆਏਗਾ ਪਾਰਲੀਮੈਂਟ ਵਿਲ ਡਿਜ਼ੋਲਵ। ਪਾਰਲੀਮੈਂਟ ਨਹੀਂ ਡਿਜ਼ੋਲਵ ਹੁੰਦੀ ਜੀ, ਲੋਕ ਸਭਾ ਡਿਜ਼ੋਲਵ ਹੁੰਦੀ ਹੈਗੀ। ਤੇ ਉਸ ਤੋਂ ਬਾਅਦ ਹੈਗਾ ਪ੍ਰੈਜ਼ੀਡੈਂਟ ਰੂਲ। ਪ੍ਰੈਜ਼ੀਡੈਂਟ ਰੂਲ ਉਦੋਂ ਲੱਗੇਗਾ ਜੇਕਰ ਇਲੈਕਸ਼ਨ ਦੇ ਰਿਜ਼ਲਟ ਨ ਲੇਕਿਨ ਜਿਹੜੀ ਗੱਲ ਹੈ ਆਪਣੀ ਉਹ ਰਾਜ ਸਭਾ ਦੀ ਚੱਲ ਰਹੀ ਹੈ ਤਾਂ ਆਨਸਰ ਕੀ ਹੋਊਗਾ ਜੀ ਨਨ ਆਫ ਦਾ ਅਬਵ ਯਾਨੀ ਕਿ ਕੁਝ ਵੀ ਨਹੀਂ ਹੋਣਾ ਹੈਗਾ ਅ ਜਿਹੜੀ ਵੀ ਸਰਕਾਰ ਦੀ ਖੇਡ ਹੈ ਸਾਰੀ ਉਹ ਕਾਉਂਸਲ ਆਫ ਜਿਹੜੀ ਕਾਉਂਸਲ ਆਫ ਮਿਨਿਸਟਰ ਹੈ ਉਹ ਸਾਰੀ ਹਾਊਸ ਆਫ ਪੀਪਲ ਜਿਹਨੂੰ ਕਿ ਆਪਾਂ ਲੋਅਰ ਹਾਊਸ ਜਾਂ ਫਿਰ ਲੋਕ ਸਭਾ ਕਹਿ ਦਿੰਨੇ ਆ ਉਹ ਇੱਥੇ ਤੱਕ ਹੀ ਰਿਸਪੋਨਸੀਬਲ ਹੈ ਇੱਥੇ ਤੱਕ ਹੀ ਲਿਮਿਟ ਹੈ ਰਾਜ ਸਭਾ ਦੇ ਉੱਪਰ ਇਹਦਾ ਕੋਈ ਫਰਕ ਨਹੀਂ ਪੈਂਦਾ ਉਸ ਤੋਂ ਬਾਅਦ ਆਏਗਾ ਵਿਚ ਆਫ ਦਾ ਫੋਲੋਇੰਗ ਪੇਅਰ ਇਜ਼ ਨਾਟ ਕਰੈਕਟਲੀ ਮੈਚ ਆ ਕੁਝ ਪੇਅਰ ਦਿੱਤੇ ਨੇ ਵੀ ਇਹਨੂੰ ਦੱਸਣਾ ਆਏਗਾ ਇੱਕ ਸੋਸਾਇਟੀ ਦੇ ਨਾਂ ਨੇ ਤੇ ਆ ਜਿਹੜੇ ਉਹਨਾਂ ਦੇ ਫਾਊਂਡਰ ਦੇ ਨਾਂ ਨੇ ਕਪਾ ਦੇ ਸਨੈਵੀਨਾਂ ਵਿੱਚੋਂ ਕਿਹੜਾ ਕਰੈਕਟਲੀ ਮੈਚ ਨਹੀਂ ਹੈ ਸਭ ਤੋਂ ਪਹਿਲਾਂ ਆਏਗਾ ਥੀਓਸੋਫੀਕਲ ਸੁਸਾਇਟੀ ਆਤਾ ਪਾ ਹੁਣੇ ਥੋੜੀ ਦੇਰ ਪਹਿਲਾਂ ਦੇਖਿਆ ਸੀ ਐਨੀ ਬੈਸੈਂਟ ਉਸ ਤੋਂ ਬਾਅਦ ਆਏਗਾ ਰਾਮਕ੍ਰਿਸ਼ਨ ਮਿਸ਼ਨ ਆਏਗਾ ਰਾਮਕ੍ਰਿਸ਼ਨ ਪਰਮਹੰਸ ਉਸ ਤੋਂ ਬਾਅਦ ਹੈ ਬ੍ਰਹਮ ਸਮਾਜ ਇਹ ਹੈਗਾ ਰਾਜਾ ਰਾਮ ਮੋਹਨ ਰਾਏ ਉਸ ਤੋਂ ਬਾਅਦ ਹੈ ਆਰਿਆ ਸਮਾਜ ਇਹ ਹੈ ਦਯਾਨੰਦ ਸਰਸਵਤੀ ਜੀ ਹੁਣ ਇੱਕ ਚੀਜ਼ ਦੇਖਣ ਵਾਲੀ ਹੈ ਜਿਹੜਾ ਬ੍ਰਹਮੋ ਸਮਾਜ ਹੈ ਰਾਜਾ ਰਾਮ ਮੋਹਨ ਰਾਏ ਨੇ ਕੀਤਾ ਸੀਗਾ ਫਾਊਂਡ ਤੇ ਆਰਿਆ ਸਮਾਜ ਦਯਾਨੰਦ ਸਸਵਤੀ ਜੀ ਨੇ ਲੇਕਿਨ ਜਿਹੜਾ ਰਾਮਕ੍ਰਿਸ਼ਨ ਮਿਸ਼ਨ ਹੈ ਉਹ ਕੀਤਾ ਸੀਗਾ ਸੁਆਮੀ ਵਿਵੇਕਾਨੰਦ ਜੀ ਨੇ ਤੇ ਉਹਨਾਂ ਦੇ ਗੁਰੂ ਦਾ ਨਾਮ ਸੀਗਾ ਰਾਮਕ੍ਰਿਸ਼ਨ ਪਰਮਹੰਸ ਤਾਂ ਉਹਨਾਂ ਦੇ ਨਾਂ ਤੇ ਹੀ ਇਹਨਾਂ ਨੇ ਆ ਸੋਸਾਇਟੀ ਬਣਾਈ ਸੀ ਜਿਹਦਾ ਨਾਮ ਹੈ ਰਾਮਕ੍ਰਿਸ਼ਨ ਮਿਸ਼ਨ ਤਾਂ ਗੁਰੂ ਜੀ ਦਾ ਨਾਮ ਹੈਗਾ ਇਹਦਾ ਲੇਕਿਨ ਫਾਊਂਡਰ ਜਿਹੜੇ ਸੀਗੇ ਉਹ ਸੁਆਮੀ ਵਿਵੇਕਾਨੰਦ ਜੀ ਸੀਗੇ ਤਾਂ ਆਨਸਰ ਹੈ ਆਪਣਾ ਆਪਸ਼ਨ ਨੰਬਰ ਬੀ ਕਿਉਂਕਿ ਦੇਖ ਰਹੇ ਤੁਸੀਂ ਨੋਟ ਪੁੱਛਿਆ ਹੈਗਾ ਕਈ ਵਾਰ ਬੱਚੇ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ ਹਨ ਪੜਨ ਦੇ ਵਿੱਚ ਹੀ ਗਲਤੀ ਕਰ ਦਿੰਦੇ ਨੇ ਆਨਸਰ ਤਾਂ ਗਲਤ ਚਲੋ ਹੋਣਾ ਹੀ ਹੈ ਲੇਕਿਨ ਧਿਆਨ ਰੱਖਣਾ ਵੀ ਨੋਟ ਤਾਂ ਨਹੀਂ ਪੁੱਛਿਆ ਜਾਂ ਨੋਟ ਕਰੈਕਟਲੀ ਆ ਕੁਝ ਵੀ ਪੁੱਛਿਆ ਹੋਵੇ ਧਿਆਨ ਰੱਖਣਾ ਸੀ ਇਹਦਾ ਵਿਚ ਸਟੇਟ ਇਜ਼ ਟੂ ਕਨਵਰਟ ਸਟਬਲ ਇਨਟੂ ਬਾਇਓਮਾਸ ਫਿਊਲ ਯਾਨੀ ਕਿ ਜਿਹੜੀ ਤੂੜੀ ਹੁੰਦੀ ਹੈਗੀ ਆ ਫਸਲ ਕੱਟਣ ਤੋਂ ਬਾਅਦ ਉਹਨੂੰ ਬਾਇਓਮਾਸ ਫਿਊਲ ਦੇ ਵਿੱਚ ਕਨਵਰਟ ਕਰਨ ਵਿੱਚ ਕਿਹੜਾ ਸਟੇਟ ਜਿਹੜਾ ਅੱਗੇ ਆਇਆ ਹੈ ਤਾਂ ਉਹ ਹੈਗਾ ਜੀ ਆਪਣਾ ਪੰਜਾਬ ਯਾਨੀ ਕਿ ਜਿਹੜਾ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਹੈ ਉਹ ਪੰਜਾਬ ਗਵਰਨਮੈਂਟ ਨਾਲ ਮਿਲ ਕੇ ਜਿਹੜਾ ਹੈ ਕਿਉਂਕਿ ਜਿਹੜਾ ਸਟਬਲ ਬਰਨਿੰਗ ਸੀਗਾ ਨਾ ਉਹਦਾ ਕੋਈ ਅਲਟਰਨੇਟ ਲੱਭਣਾ ਸੀਗਾ ਤਾਂ ਇਸ ਚੱਕਰ ਦੇ ਵਿੱਚ ਪੰਜਾਬ ਨੇ ਜਿਹੜਾ ਹੈ ਬਾਇਓਮਾਸ ਫਿਊਲ ਬਣਾਉਣ ਦਾ ਇਹਦਾ ਅਲਟਰਨੇਟਿਵ ਵੇ ਲੱਭ ਲਿਆ ਹੈਗਾ ਸਤਿਵਾਲੇ ਇਨ ਵਿਚ ਹਾਊਸ ਇਸ ਦਾ ਪ੍ਰੈਜ਼ਾਈਡਿੰਗ ਅਫੀਸਰ ਇਸ ਨੋਟ ਅ ਮੈਂਬਰ ਆਫ ਦੈਟ ਹਾਊਸ ਯਾਨੀ ਕਿ ਕੋਈ ਵੀ ਜਿਹੜਾ ਹਾਊਸ ਹੈਗਾ ਉਹ ਕਿਹੜਾ ਹਾਊਸ ਹੈ ਜੀ ਦਾ ਪ੍ਰੈਜ਼ਾਈਡਿੰਗ ਅਫੀਸਰ ਥੈਟ ਮੀਨ ਚੇਅਰਮੈਨ ਕਹਿ ਸਕਦੇ ਆਪਾਂ ਉਹਨੂੰ ਉਹਦਾ ਮੈਂਬਰ ਨਹੀਂ ਹੁੰਦਾ ਹੈਗਾ ਤਾਂ ਇਹਦਾ ਆਨਸਰ ਹੈ ਜੀ ਰਾਜ ਸਭਾ ਕਿਉਂਕਿ ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ ਹੈਗਾ ਨਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ ਹੈ ਤੇ ਉਸ ਨੂੰ ਜਿਹੜੀ ਸੈਲਰੀ ਹੈ ਨਾ ਉਹਨੂੰ ਵਾਈਸ ਪ੍ਰੈਜ਼ੀਡੈਂਟ ਦੇ ਨਾਂ ਨਹੀਂ ਮਿਲਦੀ ਯਾਨੀ ਕਿ ਉਹਨੂੰ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਂ ਦੀ ਸੈਲਰੀ ਨਹੀਂ ਮਿਲਦੀ ਉਹਨੂੰ ਰਾਜ ਸਭਾ ਦੇ ਚੇਅਰਮੈਨ ਹੋਣ ਦੀ ਸੈਲਰੀ ਮਿਲਦੀ ਹੈਗੀ ਇਹ ਸੀਦਾ ਧਿਆਨ ਰੱਖਣਾ ਹੈਗਾ ਤਾਂ ਅਨਸਰ ਹੋ ਗਿਆ ਦਾ ਰਾਜ ਸਭਾ ਹੁਣ ਅੱਜ ਕੁਛ ਨਾ ਡਿਫਰੈਂਸ਼ੀਏਸ਼ਨ ਨੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿਹੜੇ ਤੁਸੀਂ ਦੇਖ ਸਕਦੇ ਹੋ ਬੇਸਿਕਲੀ ਕੀ ਹੁੰਦਾ ਡਾਇਰੈਕਟਲੀ ਇਲੈਕਟਡ ਬਾਏ ਪੀਪਲ ਬਿਕੋਜ਼ ਅਸੀਂ ਵੋਟ ਦਿੰਨੇ ਆ ਜਿਨ੍ਹਾਂ ਨੂੰ ਉਹ ਲੋਕ ਸਭਾ ਦੇ ਵਿੱਚ ਜਾ ਕੇ ਬੈਠਦੇ ਨੇ ਬੋਲਿਆ ਦੋਨਾਂ ਨੂੰ ਐਮਪੀ ਜਾਂਦਾ ਹੈਗਾ ਜਿਹੜਾ ਜਨ ਸਭਾ ਦੇ ਵਿੱਚ ਬੈਠਦਾ ਉਹ ਵੀ ਮੈਂਬਰ ਆਫ ਪਾਰਲੀਮੈਂਟ ਹੈ ਜਿਹੜਾ ਲੋਕ ਸਭਾ ਦੇ ਵਿੱਚ ਬੈਠਦਾ ਉਹ ਵੀ ਮੈਂਬਰ ਆਫ ਪਾਰਲੀਮੈਂਟ ਹੀ ਹੈਗਾ ਐਮਪੀ ਕਹਿੰਦੇ ਨੇ ਜਿਹਨੂੰ ਆਪਾਂ ਜਿਹੜਾ ਰਾਜ ਸਭਾ ਦਾ ਹੁੰਦਾ ਉਹ ਇੰਡਾਇਰੈਕਟਲੀ ਇਲੈਕਸ਼ਨ ਹੁੰਦਾ ਹੈਗਾ ਉਸ ਤੋਂ ਬਾਅਦ ਜਿਹੜੀ ਸਟਰੈਂਥ ਹੁੰਦੀ ਹੈ ਮੈਕਸਿਮਮ ਉਹ ਹੁੰਦੀ ਹੈ 552 ਹਾਲਾਂਕਿ ਜਿਹੜਾ ਨੋਮੀਨੇਟਡ ਵਾਲਾ ਸੀਨ ਸੀਗਾ ਉਹ ਤਾਂ ਖਤਮ ਕਰ ਦਿੱਤਾ ਗਿਆ ਹੈ 104ਵੇਂ ਕਿਉਂਕਿ ਇਹਦੇ ਵਿੱਚ ਨਾ ਦੋ ਸੀਟ ਜਿਹੜੀ ਸੀ ਐਂਗਲੋ ਇੰਡੀਅਨ ਕਮਿਊਨਿਟੀ ਤੋਂ ਹੁੰਦੀ ਸੀਗੀ ਲੇਕਿਨ 104ਵੇਂ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਨਾਲ ਇਸ ਸੀਜ ਨੂੰ ਖਤਮ ਕਰ ਤੇ ਇਥੇ ਮੈਕਸਿਮਮ ਸੀਟ ਜਿਹੜੀਆਂ 250 ਹੁੰਦੀਆਂ ਤੇ 12 ਮੈਂਬਰ ਨੋਮੀਨੇਟ ਹੁੰਦੇ ਨੇ ਜਿਨ੍ਹਾਂ ਨੂੰ ਪ੍ਰਾਈਮ ਸੋਰੀ ਪ੍ਰੈਜ਼ੀਡੈਂਟ ਜਿਹੜਾ ਨੋਮੀਨੇਟ ਕਰਦਾ ਹੈਗਾ ਤੇ ਇਹਨਾਂ ਲੋਕ ਸਭਾ ਦਾ ਜਿਹੜਾ ਟਰਮ ਹੁੰਦਾ ਵੈਸੇ 5 ਸਾਲ ਦਾ ਹੁੰਦਾ ਹੈਗਾ 5 ਸਾਲ ਦਾ ਲੇਕਿਨ ਉਸ ਤੋਂ ਪਹਿਲਾਂ ਵੀ ਇਹ ਡਿਜ਼ੋਲਵ ਹੋ ਸਕਦੀ ਹੈ ਜੇ ਸਰਕਾਰ ਡਿਗੀ ਜੀ 5 ਸਾਲ ਨਹੀਂ ਕੰਪਲੀਟ ਕਰੇ ਉਸ ਤੋਂ ਬਾਅਦ ਆਏਗਾ ਜਿਹੜਾ ਰਾਜ ਸਭਾ ਦੇ ਰਾਜ ਸਭਾ ਦਾ ਵੈਸੇ ਕੋਈ ਟਿਨਿਓਰ ਨਹੀਂ ਹੁੰਦਾ ਹੈਗਾ ਰਾਜ ਸਭਾ ਦੇ ਮੈਂਬਰ ਦਾ ਟਿਨਿਓਰ ਹੁੰਦਾ ਹੈਗਾ ਇੱਥੇ ਤੁਸੀਂ ਦੇਖਿਆ ਹੋਣਾ ਇੱਥੇ ਲੋਕ ਸਭਾ ਲਿਖਿਆ ਹੈ ਇਸ 5 ਇਅਰ ਬਟ ਇੱਥੇ ਲੋਕ ਸਭ ਇਹਦਾ ਕਹਿਣ ਦਾ ਅਹੀ ਮਤਲਬ ਹੈ ਕਿ ਰਾਜ ਸਭਾ ਦਾ ਕੋਈ 10 ਇਅਰ ਨਹੀਂ ਹੁੰਦਾ ਉਹਦੇ ਮੈਂਬਰ ਦਾ 6 ਸਾਲ ਦਾ 10 ਇਅਰ ਹੁੰਦਾ ਤੇ ਹਰ 2 ਸਾਲ ਬਾਦ ਨਾ ਉਹਦੇ 1/3 ਮੈਂਬਰ ਰਿਟਾਇਰ ਹੁੰਦੇ ਰਹਿੰਦੇ ਨੇ ਤੇ ਆਹ ਹਾਊਸ ਨਾ ਜਿਹੜਾ ਕਦੇ ਵੀ ਡਿਜ਼ੋਲਵ ਨਹੀਂ ਹੋ ਸਕਦਾ ਆ ਪਰਮਾਨੈਂਟ ਹਾਊਸ ਹੈ ਉਸ ਤੋਂ ਬਾਅਦ ਹੈ ਹੂ ਇਜ਼ ਗੋਇੰਗ ਟੂ ਸੱਕੀਡ ਸ਼ਿੰਜੋ ਆਬੇ ਐਸ ਜਪਾਨਸ ਪੀਐਮ ਇਨਕੀ ਜਪਾਨ ਦੇ ਪੀਐਮ ਸੀਗੇ ਜਿਹੜੇ ਸ਼ਿੰਜੋ ਆਬੇ ਆ ਜਿਹੜੇ ਤੁਸੀਂ ਰਾਈਟ ਸਾਈਡ ਤੇ ਦੇਖ ਰਹੇ ਹੋ ਇਹਨਾਂ ਨੇ ਆਪਣੇ ਕੁਝ ਹੈਲਥ ਇਸ਼ੂਸ ਕਰਕੇ ਜਿਹੜਾ ਸੀਗਾ ਰੈਜ਼ੀਗਨੇਸ਼ਨ ਦੇ ਦਿੱਤਾ ਸੀਗਾ ਹੁਣ ਜਪਾਨ ਦੇ ਜਿਹੜੇ ਪੀਐਮ ਨੇ ਉਹ ਨੇ ਯੋਸ਼ੀ ਹਿਦੇ ਸੁਗਾ অপਸ਼ਨ ਨੰਬਰ ਸੀ ਹਾਲਾਂਕਿ ਜਦੋਂ ਸ਼ਿੰਜੋ ਆਬੇ ਜੀ ਪੀਐਮ ਸੀਗੇ ਤਾਂ 2012 ਤੋਂ ਲੈ ਕੇ 2020 ਤੱਕ ਜਿਹੜਾ ਯੂਸ਼ੋ ਸੀਗੇ ਸ਼ੁਗਰ ਸੀਗਾ ਬਈ ਯੋਸ਼ੀ ਹਿਦੇ ਸੁਗਾ ਇਹ ਕੀ ਹੋਇਆ ਕਰਦੇ ਜੀ ਇਹਨਾਂ ਦੇ ਚੀਫ ਕੈਬਨਟ ਸੈਕਟਰੀ ਹੋਇਆ ਕਰਦੇ ਉਸ ਟਾਈਮ ਤੇ ਹੁਣ ਜਿਹੜੇ ਨੇ ਐਜ਼ ਅ ਪ੍ਰਾਈਮ ਮਿਨਿਸਟਰ ਵਾ ਕਰ ਰਹੇ ਨੇ ਉਸ ਤੋਂ ਬਾਅਦ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਇੰਟੈਗਰਲ ਪਾਰਟ ਆਫ ਪਾਰਲੀਮੈਂਟ ਇਹ ਕੁਐਸਚਨ ਕਾਫੀ ਬੇਸਿਕ ਹੈ ਤੇ ਬਹੁਤ ਵਾਰ ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਤੇ ਬੱਚੇ ਗਲਤ ਕਰਕੇ ਆਉਂਦੇ ਨੇ ਕਿਉਂਕਿ ਇਹਦੀ ਨਾ ਬੇਸਿਕ ਚੀਜ਼ ਪਤਾ ਕੀ ਹੈ ਪਾਰਲੀਮੈਂਟ ਜਿਹੜਾ ਆਪਣੇ ਕੰਸਿਸਟ ਕਰਦਾ ਹੈਗਾ ਲੋਕ ਸਭਾ ਰਾਜ ਸਭਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਯਾਨੀ ਕਿ ਆਪਣੇ ਕਾਨੂੰਨ ਬਣਾਉਣ ਦਾ ਕੰਮ ਪਾਰਲੀਮੈਂਟ ਕਰਦਾ ਹੈਗਾ ਪਹਿਲਾਂ ਬਿੱਲ ਪਾਸ ਹੁੰਦਾ ਹੈ ਲੋਕ ਸਭਾ ਦੇ ਵਿੱਚ ਜਾ ਕੇ ਪਾਸ ਹੋਊਗਾ ਰਾਜ ਸਭਾ ਜਾਊਗਾ ਰਾਜ ਸਭਾ ਤੋਂ ਪਾਸ ਹੋਊਗਾ ਫਿਰ ਉਹ ਪ੍ਰੈਜ਼ੀਡੈਂਟ ਕੋਲ ਜਾਊਗਾ प्रैजीडेंट जो दो अपने साइन कर देगा तो जो एक्ट हैगा सॉरी जो बिल है वो बन जाएगा एक्ट हो किसी बिल राज्यसभा तो भी स्टार्ट हो सकते हैं फिर राज्यसभा स्टार्ट होगा तो फिर सभा जाऊगा फिर वो, वो, वो प्रैजीडेंट को यानी कि आ तीनों जड़े ने यह पार्लियामेंट के इंटैग्रल पार्ट ने जरा इंटैग्रल पार्ट नहीं है वह हैगा जी वाइस प्रैजीडेंट नैक्सट क्वेश्चन है ये पेंडोलम क्लोक कैन रन फास्टर इन यानी कि जी पेंडोलम घड़ी होंगी है ना ਇਹ ਕਿਹੜੇ ਸੀਜ਼ਨ ਦੇ ਵਿੱਚ ਜ਼ਿਆਦਾ ਤੇਜ਼ ਚੱਲਦੀ ਹੈ ਜੇਕਰ ਓਬੇਜੀ ਗੱਲ ਹੈ ਜੇਕਰ ਮੈਂ ਉਹਨੂੰ ਥੋੜਾ ਹੋਰ ਲੰਮਾ ਕਰ ਦਾਂਗਾ ਨਾ ਤਾਂ ਇਹ ਘੁੰਮਣ ਦੇ ਵਿੱਚ ਜ਼ਿਆਦਾ ਟਾਈਮ ਲਾਏਗਾ ਹੋਰ ਕਰ ਦਾਂਗਾ ਤਾਂ ਹੋਰ ਜ਼ਿਆਦਾ ਟਾਈਮ ਲਾਏਗਾ ਲੇਕਿਨ ਜੇ ਮੈਂ ਇਹਨੂੰ ਐਨੇ ਤੋਂ ਵੀ ਛੋਟਾ ਕਰਦਾ ਫਿਰ ਆ ਬਹੁਤ ਜਲਦੀ ਜਿਹੜਾ ਹੈਗਾ ਘੁੰਮਣਾ ਸ਼ੁਰੂ ਕਰ ਦੇਗਾ ਬੇਸਿਕਲੀ ਹੁੰਦਾ ਕੀ ਹੈ ਜਦੋਂ ਵੀ ਗਰਮੀਆਂ ਆਉਂਦੀ ਹੈ ਤਾਂ ਇਹ ਜਿਹੜਾ ਹੈਗਾ ਇਹਦਾ ਹੀ ਰੋਡ ਹੈ ਉਹ ਐਕਸਪੈਂਡ ਕਰ ਜਾਂਦੀ ਹੈ ਤੇ ਐਨਾ ਵੀ ਨਹੀਂ ਕਿ ਆਪਾਂ ਨੂੰ ਪਤਾ ਲੱਗੇ ਮਾਈਨਰ ਜਾਂ ਹੁੰਦਾ ਹੈਗਾ ਲੇਕਿਨ ਮਾਈਨਰ ਦੇ ਨਾਲ ਵੀ ਕਾਫੀ ਜ਼ਿਆਦਾ ਫਰਕ ਪੈਂਦਾ ਹੈਗਾ ਤੇ ਜਿੱਦਾਂ ਹੀ ਵਿంటర్ ਸੈਸ਼ਨ ਆਉਂਦਾ ਹੈਗਾ ਯਾਨੀ ਕਿ ਜਿੱਦਾਂ ਹੀ ਸਰਦੀਆਂ ਆਉਂਦੀ ਹੈਗੀਆਂ ਇਹ ਹਲਕਾ ਜਾਂ ਕੀ ਕਰਦਾ ਹੈਗਾ ਜੀ ਕੰਟ੍ਰੈਕਟ ਹੋ ਜਾਂਦਾ ਹੈ ਹਲਕਾ ਜਾਂ ਛੋਟਾ ਹੋ ਜਾਂਦਾ ਹੈਗਾ 댓 ਮੀਨਸ ਫਾਸਟਰ ਕਦੋਂ ਭਜੂਗਾ ਜਦੋਂ ਆ ਛੋਟਾ ਹੋਊਗਾ ਛੋਟਾ ਕਦੋਂ ਹੁੰਦਾ ਹੈ ਜੀ ਵਿంటర్ ਵਿੱਚ ਯਾਨੀ ਕਿ ਸਰਦੀਆਂ ਦੇ ਵਿੱਚ ਉਸ ਤੋਂ ਬਾਅਦ ਹੈਗਾ ਹੂ ਅਮੋਂਗ ਦਾ ਫੋਲੋਇੰਗ ਵਾਸ ਦਾ ਫਾਊਂਡਿੰਗ ਪ੍ਰੈਜ਼ੀਡੈਂਟ ਆਫ ਕਾਦਾ ਪਾਰਟੀ ਕਿਉਂਕਿ ਯੂਐਸਏ ਕੈਲੀਫੋਰਨੀਆ ਦੇ ਵਿੱਚ 1913 ਵਿੱਚ ਆ ਪਾਰਟੀ ਬਣੀ ਸੀਗੀ ਤਾਂ ਇਹਦੇ ਵੀ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਸੀਗੇ ਉਹ ਕੌਣ ਸੀਗੇ ਆ ਡੇਟ ਵੀ ਯਾਦ ਰੱਖਣੀ ਆ ਜਿਹੜੇ ਫਾਊਂਡਿੰਗ ਪ੍ਰੈਜ਼ੀਡੈਂਟ ਸੀਗੇ ਜੀ ਉਹ ਸੀਗੇ ਬਾਬਾ ਸੋਹਣ ਸਿੰਘ ਪੱਕਣਾ ਤੇ ਕੁਝ ਹੋਰ ਨਾਮ ਵੀ ਨੇ ਜਿਵੇਂ ਕਈ ਵਾਰ ਪੁੱਛ ਲੈਂਦੇ ਨੇ ਫਾਊਂਡਰ ਕੌਣ ਗਦਰ ਪਾਰਟੀ ਦਾ ਤਾਂ ਉੱਥੇ ਆਪਾਂ ਨਾਮ ਲਵਾਂਗੇ ਜੀ ਲਾਲਾ ਹਰਦੇয়াল ਜੀ ਦਾ ਇਹ ਤੋਂ ਇਲਾਵਾ ਵੀ ਜਿਹੜੇ ਹੋਰ ਵੀ ਆਪਣੇ ਗਦਰੀ ਬਾਬੇ ਸੀਗੇ ਜਿਵੇਂ ਕਿ ਸੰਤ ਬਾਬਾ ਵਿਸਾਖਾ ਸਿੰਘ ਬਾਬਾ ਜਵਾਲਾ ਸਿੰਘ ਸੰਤੋਖ ਸਿੰਘ ਬਾਬਾ ਸੋਹਣ ਸਿੰਘ ਪੱਕਣਾ ਜਿਹੜੇ ਬਾਬਾ ਸੋਹਣ ਸਿੰਘ ਭਖਣਾ ਸੀਗੇ ਇਹਦੇ ਪਹਿਲੇ ਪ੍ਰੈਜ਼ੀਡੈਂਟ ਸੀਗੇ ਉਸ ਤੋਂ ਬਾਅਦ ਅਗਲਾ ਕੁਐਸਚਨ ਆ ਆਪਣੀ ਵੀਡੀਓ ਦਾ ਵਿੱਚੋਂ ਦਾ ਫੋਲੋਇੰਗ ਇਨਸਟਰੂਮੈਂਟ ਵਾਸ ਕ੍ਰੀਏਟਡ ਬਾਈ 10th ਗੁਰੂ ਜੀ ਆਪਣੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀਗੇ ਅਗਲ ਤਾਂ ਵਸੇ ਕਾਈਟ ਓਬਵੀਅਸ ਹੈ ਤੇ ਸਭ ਨੂੰ ਪਤਾ ਵੀ ਹੋਣਾ ਉਹਨਾਂ ਨੇ ਇੱਕ ਇਨਸਟਰੂਮੈਂਟ ਦੀ ਕਾਰਡ ਕੀਤੀ ਸੀਗੀ ਬਣਾਇਆ ਸੀਗਾ ਉਹ ਕਿਹੜਾ ਸੀਗਾ ਉਹ ਇਨਸਟਰੂਮੈਂਟ ਸੀਗਾ ਤੋਸ ਇਨੂੰ ਵੀ ਮਯੂਰੀ ਵੀ ਕਹਿੰਦੇ ਹੁੰਦੇ ਨੇ ਆਨਸਰ ਕੀ ਹੋਇਆ ਆਪਣਾ ਇਸ ਹਿਸਾਬ ਨਾਲ অপਸ਼ਨ ਨੰਬਰ ਬੀ ਉਸ ਤੋਂ ਬਾਅਦ ਹੈ ਕਿਹੜਾ ਪਹਿਲਾ ਪਰਸਨ ਸੀਗਾ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਗਿਆ ਸੀਗਾ ਤਾਂ ਜਿਹੜਾ ਹਿਸਟਰੀ ਦੇ ਵਿੱਚ ਪਹਿਲੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਜਿਹਨਾਂ ਨੂੰ ਮਿਲਿਆ ਸੀ ਉਹ ਸੀਗੇ ਆਪਣੇ 올ੰਪੀਅਨ ਪ੍ਰਗਟ ਸਿੰਘ ਆਨਸਰ ਹੈ অপਸ਼ਨ ਨੰਬਰ ਬੀ ਉਸ ਤੋਂ ਬਾਅਦ ਹੈ ਵਿਚ ਆਫ ਦਾ which of these decrease in human body due to dengue fever ਤੁਸੀਂ ਜਦੋਂ ਵੀ ਆਮ ਤੌਰ ਵੈਸੇ ਕਾਫੀ इजी ਕੁਸ਼ਨ ਹੈਗਾ ਹੋ ਸਕਦਾ ਹੈ ਕਿ ਕੁਝ ਬੱਚੇ ਫਿਰ ਵੀ ਗਲਤ ਕਰ ਲੈਣ ਮੈਂ ਡਿਸਕਸ ਕਰ ਲੈਣਾ ਜਦੋਂ ਵੀ ਡੈਂਗੂ ਹੁੰਦਾ ਹੈਗਾ ਨਾ ਤੁਸੀਂ ਦੇਖਿਆ ਹੋਣਾ ਵੀ ਡਾਕਟਰ ਕਹਿੰਦਾ ਵੀ ਪਲੇਟਾਂ ਘਟ ਗਈਆਂ ਆ ਨੋਰਮਲ ਲੈਂਗੁਏਜ ਬੋਲ ਦਿੰਦੇ ਨੇ ਵੀ ਉਹਦੀ ਇੰਨੀ ਪਲੇਟਾਂ ਘਟ ਗਈਆਂ 10000 ਰਹਿ ਗਈ ਸੀ ਜੀ 8000 ਰਹਿ ਗਈ ਸੀ ਬੇਸਿਕਲੀ ਉਹ ਪਲੇਟਾਂ ਨਹੀਂ ਗੱਲ ਉਹ ਨਾ ਪਲੇਟਲੇਟਸ ਦੀ ਹੀ ਕਰ ਰਹੇ ਹੁੰਦੇ ਨੇ ਕਿਉਂਕਿ ਜਿਹੜੇ ਆਪਣੇ ਬਲੱਡ ਦੇ ਵਿੱਚ ਹਨ ਆਰਬੀਸੀ 🇼🇧ਸੀ ਤੇ ਪਲੇਟਲੇਟ ਪਲੇਟਲੈਟਸ ਜਿਹੜੇ ਨੇ ਆ ਤਿੰਨੋਂ ਹੀ ਬੇਸਿਕਲੀ ਮੋਸਟਲੀ ਵਰਕ ਕਰਦੇ ਨੇ ਤਾਂ ਉਸ ਕੰਡੀਸ਼ਨ ਦੇ ਵਿੱਚ ਨਾ ਪਲੇਟਲੈਟਸ ਹੈ ਜਿਹੜੇ ਉਹ ਘਟ ਹੋ ਜਾਂਦੇ ਨੇ ਤਾਂ ਆਨਸਰ ਕੀ ਹੈ ਦਾ ਆਪਸ਼ਨ ਨੰਬਰ A ਉਸ ਤੋਂ ਬਾਅਦ ਆਏਗਾ ਜਿਹੜਾ ਪੰਜਾਬ ਰਤਨ ਅਵਾਰਡ ਹੈ ਉਹਦੇ ਫਸਟ ਅਵਾਰਡ ਹੀ ਕੌਣ ਸੀਗੇ ਤਾਂ ਜਿਹੜਾ ਪੰਜਾਬ ਰਤਨ ਅਵਾਰਡ ਹੈ ਨਾ ਉਹ ਕਿਹਦੇ ਵਿੱਚ ਦੇ ਜਾਂਦਾ ਹੈਗਾ ਉਹ ਪੰਜਾਬ ਗਵਰਨਮੈਂਟ ਦਿੰਦੀ ਹੈ ਕਿਹਦੇ ਵਿੱਚ ਕੋਈ ਅਚੀਵਮੈਂਟ ਕੀਤੀ ਹੋਵੇ ਯਾਨੀ ਕਿ ਪੰਜਾਬ ਜਾਂ ਫਿਰ ਇੰਟਰਨੈਸ਼ਨਲ ਲੈਵਲ ਤੇ ਕਿਹੜੇ ਕਿਹੜੇ ਫੀਲਡ 'ਚ ਆਰਟ ਵਿੱਚ ਲਿਟਰੇਚਰ ਵਿੱਚ ਕਲਚਰ ਵਿੱਚ ਸਾਇੰਸ ਵਿੱਚ ਟੈਕਨੋਲੋਜੀ ਪੋਲਿਟਿਕਸ ਬੇਸਿਕਲੀ ਜਿਵੇਂ ਪਾਰਤ੍ਰਤਨ ਹੁੰਦਾ ਹੈ ਨਾ ਉਵੇਂ ਹੀ ਐਸ ਇਟ ਇਜ਼ ਜੇ ਸਟੇਟ ਵਾਈਜ਼ ਗੱਲ ਕਰੀਏ ਉਦਦੇ ਹੀ ਪੰਜਾਬ ਰਤਨ ਹੈ ਤੇ ਫਰਸਟ ਅਵਾਰਡੀ ਕੌਣ ਨੇ ਇਹਦੇ ਉਹ ਨੇ ਸ਼੍ਰੀਮਤੀ ਅਮ੍ਰਿਤਾ ਪ੍ਰੀਤਮ ਜੀ ਤੇ ਕੁਝ ਇਹਦੇ ਹੋਰ ਵੀ ਅਵਾਰਡੀਜ਼ ਨੇ ਇਹਨਾਂ ਦਾ ਨਾਮ ਮੈਂ ਤੁਹਾਨੂੰ ਸ਼ੇਅਰ ਕਰ ਦਿੱਤਾ ਹੈਗਾ ਜਿਵੇਂ ਸ਼੍ਰੀਮਤੀ ਅਮ੍ਰਿਤਾ ਪ੍ਰੀਤਮ ਜੀ ਖੁਸ਼ਵੰਤ ਸਿੰਘ ਰਾਈਟਰ ਯਸ਼ੋਪੜਾ ਫਿਲਮ ਡਾਇਰੈਕਟਰ ਐਸ ਕੇ ਸਾਮਾ ਰਣਬੀਰ ਚੋਧਰ ਸੋਪਤੀ ਜੀ पीरालाल सिब्बल ਤੇ ਡਾਕਟਰ ਰਜਨੀਸ਼ ਕਪੂਰ ਇਹ ਕੁਝ ਨਾਮ ਨੇ ਜਿਨ੍ਹਾਂ ਨੂੰ ਪੰਜਾਬ ਰਤਨ ਅਵਾਰਡ ਮਿਲ ਚੁੱਕਿਆ ਹੈਗਾ ਤੇ ਆਸੀ ਅੱਜ ਦਾ ਆਪਣਾ ਸੈਸ਼ਨ ਸੈਸ਼ਨ ਸਮਝ ਆਇਆ ਹੋਵੇ ਤੇ ਵਧੀਆ ਲੱਗਿਆ ਹੋਵੇ ਤੇ ਤੁਹਾਨੂੰ ਲੱਗਦਾ ਵੀ ਆ ਵੀਡੀਓ ਦੇਖ ਕੇ ਤੁਹਾਨੂੰ ਸੱਚੀ ਦੇ ਵਿੱਚ ਫਾਇਦਾ ਹੋ ਰਿਹਾ ਇਸ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਵੀ ਕਰੋ ਕਿਉਂਕਿ ਜਿਹੜੀ ਆਪਣੀ ਵੀਡੀਓ ਦੀ ਸ਼ੇਅਰਿੰਗ ਹੈ ਕਾਫੀ ਘੱਟ ਹੈ ਜੇਕਰ ਤੁਹਾਨੂੰ ਸੱਚੀ ਲੱਗਦਾ ਵੀ ਹਾਂ ਫਾਇਦਾ ਹੋ ਰਿਹਾ ਤਾਂ ਸ਼ੇਅਰ ਕਰਨਾ ਬਣਦਾ ਵੀ ਹੈਗਾ ਤਾਂ ਆਪਾਂ ਜਲਦੀ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਕਿਉਂਕਿ ਆ ਸੀਰੀਜ਼ ਕੰਟੀਨਿਊ ਰਹੇਗੀ 500 ਕੁਐਸਚਨ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਕੰਪਲੀਟ ਕਰਵਾਵਾਂਗਾ ਹੀ ਕਰਵਾਵਾਂਗਾ ਜੇ ਟਾਈਮ ਲੱਗਿਆ ਪੇਪਰ ਦੇ ਵਿੱਚ ਤਾਂ ਆਪਾਂ ਇਹਨੂੰ ਹੋਰ ਵੀ ਜ਼ਿਆਦਾ ਲੰਬਾ ਸੀਰੀਜ਼ ਜਿਹੜਾ ਕੰਟੀਨਿਊ ਕਰਾਂਗੇ ਚਲੋ ਵੀ ਥੈਂਕਸ ਫॉर ਵਾਚਿੰਗ ਜਲਦੀ ਮਿਲਾਂਗੇ ਜੈ ਹਿੰਦ